हेलो गाइस, वेलकम बैक टू माय चैनल। ते गाइस, आज आ वीडियो विच मैं तुहानू लेके जा रहा हां माता वैष्णो देवी ते। गाइस, मेरी बहुत चिर तो तमन्ना सी कि यार वैष्णो देवी चलिए, वैष्णो देवी चलिए। मेरे पापा ते मेरा भरा गए भी सी, पर मेरे एग्जाम्स करके मैं नहीं जा पाया। पर हुण मेरे पापा दे फ्रेंड्स जा रहे ने ते मैं भी जा रहा वां। ते गाइस, अजे जिवें टाइम हो रहा वा 2:50 ਅਤੇ ਸਵੇਰ ਦੇ 2:50 ਵਜੇ ਤੋਂ ਬਸ ਆਪਾਂ ਘਰੋਂ 3:30 ਵਜੇ ਨਿਕਲ ਜਾਣਾ ਵਾ। ਉੱਥੇ 7 ਵਜੇ ਪਹੁੰਚ ਕੇ, ਮਤਲਬ ਕਿ ਅੱਜ ਦੇ ਦਿਨ ਨਹੀਂ, ਅੱਜ ਹੈਗੀ ਆ 11th of June, ਅਤੇ ਅੱਜ ਦੇ ਦਿਨ ਨਹੀਂ ਉੱਥੇ ਜਾ ਕੇ ਅਤੇ ਵਾਪਸੀ ਹੋਣੀ। ਹੈਲੀਕਾਪਟਰ 'ਤੇ ਆਪਾਂ ਜਾ ਰਹੇ ਹਾਂ ਗਾਈਜ਼, ਅਤੇ ਇਸ ਪੂਰੀ ਵੀਡੀਓ 'ਤੇ ਬਣੇ ਰਹੋ। ਅਤੇ ਗਾਈਜ਼, ਇਸ ਟਾਈਮ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਇੰਸਟਾਗ੍ਰਾਮ ਦੀ ਆਈਡੀ ਤੁਹਾਨੂੰ ਸਕਰੀਨ 'ਤੇ ਡਿਸਪਲੇ ਹੋ ਜਾਵੇਗੀ, ਉੱਥੇ ਫੋਲੋ ਜ਼ਰੂਰ ਕਰ ਲਿਓ। ਸਭ ਤੋਂ ਪਹਿਲਾਂ ਅਪਡੇਟਸ ਮੈਂ ਤੁਹਾਨੂੰ ਉੱਥੇ ਦੇਵਾਂਗਾ, ਕਿਉਂਕਿ ਯੂਟਿਊਬ 'ਤੇ ਪਹਿਲਾਂ ਵੀਡੀਓ ਐਡਿਟ ਕਰਨੀ ਪੈਂਦੀ, ਫਿਰ ਪਾਉਣੀ ਪੈਂਦੀ। ਪਰ ਇੰਸਟਾਗ੍ਰਾਮ 'ਤੇ ਆਪਾਂ ਰੋ ਸਟੋਰੀਜ਼ ਵੀ ਪਾ ਸਕਦੇ ਹਾਂ, ਅਤੇ ਮੈਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਮੈਂ ਰੀਲਸ ਵੀ ਬਹੁਤ ਜ਼ਿਆਦਾ ਪਾਉਂਦਾ ਹਾਂ। ਸੋ ਚਲੋ ਗਾਈਜ਼, ਹੁਣ ਆਪਾਂ ਸ਼ੁਰੂ ਕਰਦੇ ਹਾਂ, ਅਤੇ ਮੇਰੇ ਖਿਆਲ ਨਾਲ ਹੁਣ ਮੇਰੇ ਪਾਪਾ ਦੇ ਫਰੈਂਡ ਆਉਣ ਨਹੀਂ ਲੱਗਿਆ, ਅਤੇ ਚਲੋ ਹੁਣ ਆਪਾਂ ਗੱਡੀ 'ਚ ਜਾਂਦੇ ਹਾਂ। ਤੁਸੀਂ ਵੇਖ ਸਕਦੇ ਹੋ ਬਾਹਰ ਅਜੇ ਕਿੰਨਾ ਹਨੇਰਾ ਵਾ, ਅਤੇ ਬਸ ਅੰਕਲ ਦਾ ਮੈਨੂੰ ਅਜੇ ਅਜੇ ਫੋਨ ਆਇਆ ਕਿ ਮੈਂ ਬਸ ਆਉਣ ਲੱਗਾ ਵਾਂ, ਅਤੇ ਹੁਣ ਆਪਾਂ ਚੱਲੇ ਹਾਂ। ਗਾਈਜ਼, ਅੰਮ੍ਰਿਤਸਰੋਂ ਵੀ ਮੇਰੇ ਚਾਚੂ ਨੇ ਜਾਣਾ ਵਾ, ਅਤੇ ਆਪਾਂ ਫਤਿਹਗੜ੍ਹੋਂ ਵੀ ਜਾ ਰਹੇ ਹਾਂ, ਅਤੇ ਇੱਕ ਆਪਾਂ ਅੰਮ੍ਰਿਤਸਰ ਜਾ ਕੇ ਇੱਕੋ ਕਾਰ 'ਚ ਹੋ ਜਾਵਾਂਗੇ। ਅਤੇ ਅਜੇ ਟਾਈਮ ਹੋ ਰਿਹਾ ਵਾ 2:55, ਅਤੇ ਵੇਖਦੇ ਹੁਣ ਕੀ ਬਣਦਾ ਵਾ। ਅਤੇ ਚਲੋ ਗਾਈਜ਼, ਵਲੋਗ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ, ਕਮੈਂਟ ਸ਼ੇਅਰ, ਚੈਨਲ ਨੂੰ ਸਪੋਰਟ ਬਣਾਈ ਰੱਖੋ। ਗਾਈਜ਼, ਸਬਸਕ੍ਰਾਈਬ ਜੇ ਤੁਸੀਂ ਕਰ ਦਿਓ ਨਾ, ਤਾਂ ਬੰਦਾ ਬਹੁਤ ਜ਼ਿਆਦਾ ਮੋਟੀਵੇਟ ਹੁੰਦਾ ਕਿ ਹਾਂ ਯਾਰ ਮੇਰੀ ਵੀਡੀਓਜ਼ ਵਧੀਆ ਲੱਗ ਰਹੀਆਂ। ਅਤੇ ਤਦੀ ਗਾਈਜ਼ ਵੇਖੋ, ਮੈਂ ਰਾਤ ਨੂੰ 12 ਵਜੇ ਸੁੱਤਾ ਸੀ, ਅਤੇ ਅਜੇ ਵੀ 2 ਘੰਟੇ ਦੀ ਨੀਂਦ ਵਿੱਚ ਮੈਂ ਉੱਠੀ ਹਾਂ, ਅਤੇ ਮੈਨੂੰ ਵਿੱਚੇ ਵਿੱਚੇ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ। ਅਤੇ ਹੁਣ ਗੱਡੀ 'ਚ ਜਾਂਦੇ ਵਕਤ ਸੋਵਾਂਗੇ, ਤੁਹਾਨੂੰ ਟਾਈਮ ਲੈਪਸ ਵੀ ਖਾਵਾਂਗੇ। ਅਤੇ ਗਾਈਜ਼, ਵੀਡੀਓ 'ਤੇ ਬਣੇ ਰਹੀਓ, ਅਗਰ ਤੁਹਾਨੂੰ ਆ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਸੋ ਚਲਿਓ ਗਾਈਜ਼, ਹੁਣ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਗਾਈਜ਼, ਹੁਣ ਆਪਾਂ 1 ਘੰਟੇ ਤੋਂ ਜ਼ਿਆਦਾ ਹੋ ਗਿਆ ਸਾਨੂੰ ਟਰੈਵਲ ਕਰਦੇ ਹੋਏ, ਅਤੇ ਆਪਾਂ ਪਠਾਨਕੋਟ ਤੋਂ ਥੋੜ੍ਹਾ ਜਿਹਾ ਅੱਗੇ ਆ ਗਏ ਹਾਂ, ਅਤੇ ਹੁਣ ਆਪਾਂ ਪੈਟਰੋਲ ਵਗੈਰਾ ਭਰਾਉਣ ਲਈ ਗੱਡੀ ਖਿਲਾਰੀ ਹੈ। ਅਤੇ ਗਾਈਜ਼, ਹੁਣ ਟਾਈਮ ਹੋ ਰਿਹਾ ਵਾ 4:50, ਅਤੇ ਪਠਾਨਕੋਟ ਤੋਂ ਥੋੜ੍ਹਾ ਅੱਗੇ ਆ ਗਏ ਹਾਂ, ਅਤੇ ਆਪਾਂ ਸਾਰਿਆਂ ਨੇ ਇੱਕ ਗੱਡੀ 'ਚ ਬਹਿ ਗਏ ਇਨੋਵਾ 'ਚ ਆਪਾਂ ਆ ਰਹੇ। ਮੈਂ ਤਾਂ ਅੱਧੇ ਰਾਹ 'ਚ ਸੁੱਤਾ ਹੀ ਆਇਆ, ਇੱਥੇ ਕਹਿੰਦੇ ਫਰੈਸ਼ ਫਰੁਸ਼ ਹੋਣਾ ਤਾਂ ਹੋ ਜਾਓ। ਅਤੇ ਚਲੋ ਹੁਣ ਤੁਹਾਨੂੰ ਪਹਿਲਾਂ ਪਲੈਨਿੰਗ ਬਣਨ ਦੀ ਕਿ ਘੋੜੇ 'ਤੇ ਜਾਈਏ, ਅਤੇ ਵੇਹਨੇ ਹੁਣ ਤੁਹਾਨੂੰ ਸਾਰਾ ਕੁਛ ਵਿਖਾਈ ਜਾਵਾਂਗੇ। ਹਾਂਜੀ ਗਾਈਜ਼, ਅਤੇ ਹੁਣ ਆਪਾਂ ਪਠਾਨਕੋਟ ਤੋਂ ਜਿੱਥੇ ਪਹਿਲਾਂ ਸੀ ਉਸ ਤੋਂ ਵੀ 20-30 ਕਿਲੋਮੀਟਰ ਅੱਗੇ ਆ ਗਏ ਹਾਂ, ਅਤੇ ਹੁਣ ਆਪਾਂ ਇੱਥੇ ਖਲੋਤੇ ਹਾਂ। ਉਹ COVID-19 ਦਾ ਇੱਕ ਪਾਸ ਬਣਾਉਣਾ ਕਿ ਜਿਹੜੇ ਹੈਗੇ ਸਾਰੇ ਕਰੋਨਾ ਨੈਗੇਟਿਵ ਆ ਵਗੈਰਾ ਵਗੈਰਾ। ਅਤੇ ਤੁਸੀਂ ਵੇਖ ਸਕਦੇ ਹੋ ਜੇ ਇੱਥੇ ਇੱਕ ਪੁੱਲ ਹੈ, ਮੈਂ ਉਹਦੀ ਫੋਟੋ ਨਹੀਂ ਲੈ ਪਾਇਆ, ਬਹੁਤ ਸੋਹਣਾ ਪੁੱਲ ਸੀ। ਅਤੇ ਆਹ ਤੁਸੀਂ ਵੇਖ ਸਕਦੇ ਹੋ ਸਾਰਾ, ਉਹ ਲੱਗੀ ਜੇ ਮਹਿੰਦਰਾ ਥਾਰ ਜਦੋਂ ਸਾਰੇ ਫੈਨ ਨੇ ਸੋਫਟ ਟੌਪ। ਗਾਈਜ਼, ਫਾਈਨਲੀ ਆਪਾਂ ਹੁਣ ਵੈਸ਼ਨੋ ਦੇਵੀ ਮਤਲਬ ਕਟਰੇ ਪਹੁੰਚ ਚੁੱਕੇ ਹਾਂ। ਅਤੇ ਹੁਣ ਪਹਿਲਾਂ ਆਪਾਂ ਸੋਚਿਆ ਕਿ ਹੈਲੀਕਾਪਟਰ ਰਾਈਡ ਕਰੀਏ, ਉੱਤੇ ਜਾਈਏ। 1800 ਪਰ ਸਾਈਡ ਹੁੰਦਾ 1 ਵੇ, ਅਤੇ ਪਰ ਹੁਣ ਉਹ ਕਹਿ ਰਹੇ ਆ ਕਿ 8:30 ਸਟਾਰਟ ਹੋਣਾ, ਅਤੇ ਅਜੇ ਤਾਂ 7
ਓਕਲੋਕ ਹੀ ਹੋਏ ਆ ਅਤੇ 1.5 ਘੰਟਾ ਹੈਗਾ ਅਤੇ ਗਾਇਜ਼ ਆਪਾਂ ਅੱਜ ਹੀ ਵਾਪਸੀ ਕਰਨੀ ਆ ਅਤੇ ਤਦੀ ਫਿਰ ਆਪਾਂ ਹੁਣ ਖੱਚਰ ਜਿਹਨੂੰ ਕਹੀਦਾ ਉਹਦੇ ਉੱਤੇ ਆਪਾਂ ਟਰੈਵਲ ਕਰਾਂਗੇ ਅਤੇ 1200-1300 ਰੁਪਈਆ ਲੱਗ ਜਾਣਾ ਅਤੇ ਮੈਨੂੰ ਤਾਂ ਬਹੁਤ ਖੁਸ਼ੀ ਆ ਮੈਂ ਇੰਨੇ ਟਾਈਮ ਬਾਅਦ ਆਇਆ ਵਾਂ ਅਤੇ ਆਉਂਦੇ ਵਕਤ ਆਪਾਂ ਹੈਲੀਕਾਪਟਰ 'ਤੇ ਹੀ ਆਉਣਾ ਵਾ ਅਤੇ ਤੁਸੀਂ ਇੱਕ ਵਾਰੀ ਵਿਊ ਦੇਖੋ ਗਾਇਜ਼ ਬਹੁਤ ਖੁਸ਼ ਹਾਂ ਮੈਂ ਯਾਰ ਔਰ ਆਪਾਂ 3 ਵਜੇ ਤੁਰੇ ਹਾਂ 7 ਜਿੱਥੇ ਹਾਂ 4 ਘੰਟਿਆਂ 'ਚ ਪਹੁੰਚਾ ਦਿੱਤਾ ਅਤੇ ਗਾਇਜ਼ ਅਗਰ ਤੁਹਾਨੂੰ ਆਹ ਵਲੋਗ ਵੇਖਣ 'ਚ ਮਜ਼ਾ ਆ ਰਿਹਾ ਤਾਂ ਪਲੀਜ਼ ਇਸ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਅਤੇ ਸਬਸਕ੍ਰਾਈਬ ਕਰ ਦਿਓ ਅਤੇ ਇੱਕ ਵਾਰੀ ਮੈਂ ਤੁਹਾਨੂੰ ਵਿਊ ਵਿਖਾ ਦਿੰਦਾ ਜਾ ਕੇ ਅਤੇ ਇੰਸਟਾਗ੍ਰਾਮ 'ਤੇ ਫੋਲੋ ਵੀ ਕਰ ਲਿਓ ਆਈ ਡੀ ਤੁਹਾਨੂੰ ਸਕਰੀਨ 'ਤੇ ਡਿਸਪਲੇ ਹੋਊਗੀ ਮੈਂ ਸਟੋਰੀਆਂ ਵਗੈਰਾ ਰੀਲਸ ਵਗੈਰਾ ਪਾ ਦਿੰਦਾ ਹੁੰਦਾ ਫਿਰ ਛੇਤੀ ਵੇਖ ਸਕਦੇ ਹੋ ਤੁਸੀਂ ਅਤੇ ਆਸ ਗਵਰਸ ਵੇਖੋ ਅਜੇ ਆਪਾਂ ਉੱਤੇ ਜਾਵਾਂਗੇ ਜਦੋਂ ਮੈਂ ਰਾਈਡ ਕਰਾਂਗਾ ਪੋਨੀਜ਼ ਅਤੇ ਉਹਦੀ ਵੀ ਤੁਹਾਨੂੰ ਪੂਰੀ ਵੀਡੀਓ ਬਣਾ ਕੇ ਵਿਖਾਵਾਂਗਾ ਅਤੇ ਕੋਈ ਹਰ ਇੱਕ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗਾ ਅਤੇ ਤੁਸੀਂ ਬਸ ਇੱਕ ਕੰਮ ਕਰਨਾ ਲਾਈਕ ਕਮੈਂਟ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਇੰਸਟਾਗ੍ਰਾਮ 'ਤੇ ਫੋਲੋ ਕਰਨਾ ਅਤੇ ਚਲੋ ਗਾਇਜ਼ ਹੁਣ ਆਪਾਂ ਆਪਣੀ ਜਰਨੀ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਅਤੇ ਗਾਇਜ਼ ਹੁਣ ਮੈਂ ਖੱਚਰ ਟਰੈਵਲ ਕਰ ਰਿਹਾ ਤੁਸੀਂ ਵੇਖ ਸਕਦੇ ਹਿੱਲ ਵੀ ਬਹੁਤ ਜ਼ਿਆਦਾ ਰਿਹਾ ਅਤੇ ਬਹੁਤ ਮਜ਼ਾ ਆ ਰਿਹਾ ਗਾਇਜ਼ ਇਹਨਾਂ ਨੇ ਇੱਕ ਆਈਡੈਂਟੀ ਕਾਰਡ ਦੇ ਦਿੱਤਾ ਗਲੇ 'ਚ ਪਾਉਣ ਲਈ ਕਿ ਪਤਾ ਲੱਗ ਗਿਆ ਸਾਡੇ ਨਾਲ ਕਿਹੜਾ ਮੈਂਬਰ ਆ ਇਹਨਾਂ ਦਾ ਕੌਣ ਇਹਨਾਂ ਦਾ ਵਰਕਰ ਆ ਜਿਹਨੇ ਸਾਡੇ ਨਾਲ ਹੋਸਟ ਪ੍ਰੋਵਾਈਡ ਕੀਤਾ ਬਹੁਤ ਮਜ਼ਾ ਆ ਰਿਹਾ ਗਾਇਜ਼ ਬਹੁਤ ਟਾਈਮ ਬਾਅਦ ਮਾਤਾ ਵੈਸ਼ਨੋ ਦੇਵੀ ਆ ਕੇ ਨਾ ਮਜ਼ਾ ਹੀ ਆ ਜਾਂਦਾ ਗਾਇਜ਼ ਆਰਾਮ ਸੇ ਲੈ ਕੇ ਜਾਇਓ ਕੋਈ ਟੈਨਸ਼ਨ ਨਹੀਂ ਹੋਵੇ ਆ ਮੇਰੇ ਰਾਹੁਲ ਚਾਚੂ ਨੇ ਚਲੋ ਜੀ ਉਹ ਵੈਰੀ ਗੁੱਡ ਇੱਦਾਂ ਗਾਇਜ਼ ਇਹਨਾਂ ਨੇ 1.5 ਘੰਟੇ ਦੇ ਅੰਦਰ ਅੰਦਰ ਸਾਨੂੰ ਉੱਤੇ ਪਹੁੰਚਾ ਦੇਣਾ ਵਾ ਅਤੇ ਇਹਨਾਂ ਦਾ ਨਾਮ ਆ ਕੇਸ਼ ਅੰਕਲ ਅਸਲ ਨਾਮ ਇਹਨਾਂ ਦਾ ਵਿਨੋਦ ਆ ਪਰ ਨਿਕਨੇਮ ਕੇਸ਼ ਅੰਕਲ ਇਹਨਾਂ ਨੂੰ ਮੈਂ ਕਹਿੰਦਾ ਵਾਂ ਅਤੇ ਹੋਪ ਕਰ ਰਿਹਾ ਤੁਹਾਨੂੰ ਵੀਡੀਓ 'ਚ ਮਜ਼ਾ ਆ ਰਿਹਾ ਹੋਗਾ ਕਿਉਂਕਿ ਮੈਨੂੰ ਤਾਂ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਗਾਇਜ਼ ਉਹ ਭੱਜ ਲੱਗ ਗਿਆ ਜੀ ਗਾਇਜ਼ ਆਦੇ ਗਾਇਜ਼ ਵਿੱਚ ਵਿੱਚ ਇਹਨਾਂ ਦੇ ਸ਼ੋਪਸ ਵੀ ਲੱਗੀਆਂ ਜਿਸ ਤੁਸੀਂ ਬਾਏ ਕਰ ਸਕਦੇ ਹੋ ਪਰ ਹੱਥ ਤੋਂ ਜ਼ਿਆਦਾ ਹੀ ਸਮਾਨ ਮਹਿੰਗਾ ਹੁੰਦਾ ਵਾ ਕਿਉਂਕਿ ਡਿਊਟੀ ਚਾਰਜਿਸ ਬਹੁਤ ਪਾ ਲੈਂਦੇ ਆ ਐਮ ਆਰ ਪੀ ਤੋਂ ਵੀ ਵੱਧ ਵੇਚਦੇ ਗਾਇਜ਼ ਬਹੁਤ ਟਾਈਮ ਬਾਅਦ ਗਾਇਜ਼ ਇੰਨਾ ਮੈਨੂੰ ਮਜ਼ਾ ਆ ਰਿਹਾ ਗਾਇਜ਼ ਹੁਣ 1.5 ਘੰਟਾ ਹੋ ਚੁੱਕਿਆ ਅਤੇ ਆਪਾਂ ਤੁਸੀਂ ਵੇਖ ਸਕਦੇ ਹੋ ਕਿੰਨੀ ਉੱਤੇ ਆ ਗਏ ਅਤੇ ਗਾਇਜ਼ ਮੈਨੂੰ ਬਹੁਤ ਮਜ਼ਾ ਆ ਰਿਹਾ ਮੈਂ ਭਾਅ ਜੀ ਨੂੰ ਪੁੱਛਿਆ ਭਾਅ ਜੀ ਆ ਕਿੰਨਾ ਵੇਟ ਸਭ ਤੋਂ ਜ਼ਿਆਦਾ ਹੋਲਡ ਕਰ ਸਕਦੇ ਕਹਿੰਦੇ 100 ਕਿਲੋ ਤੱਕ ਆਰਾਮ ਨਾਲ ਕਰ ਸਕਦਾ ਅਤੇ ਗਾਇਜ਼ ਕਈ ਕੀ ਹੁੰਦਾ ਕਿ ਉਹ 4 ਡੰਡੀਆਂ ਉੱਤੇ ਕੁਰਸੀ ਲੱਗੀ ਹੁੰਦੀ ਅਤੇ ਕਈ ਜਣੇ ਉੱਤੇ ਜਾਂਦੇ ਉਹਦੇ ਚਾਰਜ ਜ਼ਿਆਦਾ ਹੁੰਦੇ ਪਰ ਗਾਇਜ਼ ਉਹ ਉਹਨਾਂ ਲਈ ਹੁੰਦਾ ਜਿਹੜੇ ਹੱਥ ਤੋਂ ਜ਼ਿਆਦਾ ਮੋਟੇ ਜਿੰਨਾ ਕੋ ਤੁਰਿਆ ਨਹੀਂ ਜਾਂਦਾ ਉਹਨਾਂ ਨਹੀਂ ਪਰ ਇੱਥੇ ਗਾਇਜ਼ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਅਤੇ ਪਤਾ ਨਹੀਂ ਇੱਕ ਤਾਂ ਜਿਹੜੀ ਮੇਰੀ ਸਿਮ ਆ ਸਿਮ ਦੀ ਰੋਮਿੰਗ ਵੀ ਨਹੀਂ ਔਨ ਹੁੰਦੀ ਅਤੇ ਮੋਬਾਈਲ ਡਾਟਾ ਵੀ ਨਹੀਂ ਚੱਲਣ ਦਿਆ ਉੱਤੋਂ ਫੋਨ 'ਚ ਕੀ ਪ੍ਰੋਬਲਮ ਆ ਗਈ ਆ ਕਿ 7:03 ਤੋਂ ਮੇਰਾ ਟਾਈਮ ਹੀ ਨਹੀਂ ਵਧਣ ਦਿਆ ਪਰ ਗਾਇਜ਼ ਹੋਰ ਗੱਲਾਂ ਦੀਆਂ ਗੱਲਾਂ ਆਨੰਦ ਆ ਗਿਆ ਮੈਨੂੰ ਲੈ ਕੇ ਰਾਹੁਲ ਚਾਚੂ ਚਲੋ ਤੁਹਾਡੀ ਭਰੀ ਹੋ ਜੇ ਪੂਰਾ ਮਜ਼ਾ ਆਉਂਦਿਆ ਗਾਇਜ਼ ਉਛਲਦਾ ਹੀ ਬੜਾ ਪਿਆ ਵਾ ਉਛਲਦਾ ਹੀ ਬੜਾ ਪਿਆ ਵਾ ਚਲੋ ਹੁਣ ਆਪਾਂ ਪਹਿਲਾਂ ਅੱਧ ਕੁਆਰੀ 'ਚ ਰੁਕਾਂਗੇ ਉੱਥੇ ਮੱਥਾ ਟੇਕਾਂਗੇ 1.5 ਘੰਟੇ ਵਿੱਚ ਜਿਹੜਾ ਬਚੂਗਾ ਆਪਣੇ ਦਾਣੇ ਦੋਣੇ ਖਾ ਲੈਣਗੇ ਫਿਰ ਆਪਾਂ ਭਵਨ 'ਤੇ ਜਾਵਾਂਗੇ ਭਵਨ 'ਤੇ ਥੋੜ੍ਹਾ ਰੁਕਾਂਗੇ ਦਰਸ਼ਨ ਕਰਾਂਗੇ ਚੱਜ ਨਾਲ ਅਤੇ ਫਿਰ ਅੱਗੇ ਤੁਹਾਨੂੰ ਖਾਂਦੇ ਹਾਂ ਅਤੇ ਗਾਇਜ਼ ਹੁਣ ਆਪਾਂ ਬਸ ਅੱਧ ਕੁਆਰੀ ਪਹੁੰਚਣ ਹੀ ਲੱਗੇ ਹਾਂ ਅਤੇ ਬਾਬਾ ਜੀ ਉੱਤੇ ਪਹੁੰਚ ਗਏ ਹਾਂ ਅੱਧ ਕੁਆਰੀ ਰੁਕਾਂਗੇ ਮੱਥਾ ਟੇਕਾਂਗੇ ਅਤੇ ਫਿਰ ਭਵਨ ਵੱਲ ਜਾਵਾਂਗੇ ਅਤੇ ਭਵਨ 'ਚ ਕੈਸ਼ ਕਾਊਂਟਰ 'ਚ 2-3 ਦਿਨ ਪਹਿਲਾਂ ਅੱਗ ਵੀ ਲੱਗੀ ਸੀ ਪਤਾ ਨਹੀਂ ਕਹਿੰਦੇ ਸ਼ੋਰਟ ਸਰਕਿਟ ਹੋਇਆ ਹੈ ਹੁਣ ਉਹ ਤਾਂ ਉੱਥੇ ਜਾ ਕੇ ਹੀ ਪਤਾ ਲੱਗੂਗਾ ਅਤੇ ਮੈਂ ਤੁਹਾਨੂੰ ਸਾਰਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੀ ਜਾਵਾਂਗਾ ਅਤੇ ਮੈਂ ਭਾਅ ਜੀ ਨੂੰ ਪੁੱਛਿਆ ਕਿ ਮਤਲਬ ਕਿ ਨਾਮ ਕੀ ਅਤੇ ਇਹਦਾ ਨਾਮ ਜੇ ਨਿੱਕੇ ਅਤੇ ਇਹਨਾਂ ਸਾਰਿਆਂ ਦੀ ਨਾ ਆਪਣੀ ਲੈਂਗੁਏਜ ਆ
मतलब कि अपनी ही लैंग्वेज करते है। वो देखो गाइस वो तो शायद शहर वेख रहा वे। आप बहुत ज्यादा ही उत्ते आ चुके हैं। आखो मंकी ते वरी की होंगे जड़िया मंदिर लागे सरावां होंदियां ने ते उन्हां को आप पिछली जो पिछले 5-6 साल पहले आए हाँ आप प्रसाद लिता तो खो के लै गए ते आ मंकी वड्डे वड्डे मेरा फोन ना खो के लै जाण क्योंकि नवा मिलना भी नहीं है। आप जाते डर के पर अगर इन्हों सामने प्रसाद इन्होंने वेल लिया तो ताड़े हाथ प्रसाद नहीं जे मिलना मिनट च खो लेंगे जी। कई जड़ियाँ फीमेल मंकीज होंगे उन्होंने हाथ च बच्चे खड़े होंगे आखो आ जिमें आखो सीसीडी ओ हूँ तू शहर होगा गल ओ गल कर रहा सी मैं तो व्लॉग थोड़ा लेंथी बनूगा क्योंकि मैं हूँ इन्ना कट शॉट कराँगा तो तुम एक्सपीरियंस का पता नहीं लगेगा। तो प्लीज़ व्लॉग स्किप ना करो पूरा वेखियो इंस्टाग्राम से फॉलो कर लियो आई डी तुम स्क्रीन पर डिस्प्ले हो रही होगी तो सबसक्राइब जरूर कर लियो। चल थो आखन पैर झाडे इन्होंने कवर जे पाए पैर लमकना तो एक आई डी कार्ड जहा पाया वा कि केड़े आप बंदे को करने आ स्पीकर लगे रहा राह च आ भी लिखा होता लैंडस्लाइड एरिया डोंट स्टे हेयर पत्थर डिग जाते ना कई बार गाइस वेख्या जाए तो लोग किन्ने मेहनती होंगे ना मतलब कि नॉर्मल बंदे की बस हो जाती है भवन तक तुर के जान की गाइस इन्हों का दिन 3-4 चक्कर तो पक्के आखो गाइस स्ट्रगल। चलो हूँ मैं तुहानू अगला पार्ट अद्ध कुआरी का विखाना चलो फिर रुक पता नहीं हूँ पंगा पी मेरे को है मेरा कार्ड उन्होंने कहा गले च पा लियो लोड पेगी तो चलो हूँ मैं तुम दसागा फिर की हो रहा है ब्लॉग से बने रहे हो सबसक्राइब शेयर लाइक कमेंट सारा कुछ करना जी। गाइस जी आप थोड़ी जी ब्रेक लीती है तो मैं तुम्हें अपने हॉर्सिस विखा देना जिन्हें उत्ते आप जा रहे हैं उत्ते उत्ते मैं बहना यद नाम निका चलो ऐस हूँ आप अद्ध कुआरी पास पहुँचने ही लगे हाँ जोड़े पौनी से वो बहुत ज़्यादा सागे से तो अद्ध बच्चे रुक के फिर दाने दूने खाते अद्धा घंटा रुक के तो हूँ उतने बस थोड़ा जहा डिस्टेंस रह गया फिर आप अद्ध कुआरी मत्था टेकेंगे फिर भुख भी बहुत लगी कुछ खाने पीने क्योंकि सवेर की 2 बजे का उठा वा रात 12 बजे सुता हाँ मैं गड्डी च सुता ही आया वा तो हाँ एक तरह का व्यू पॉइंट वेल दे आया आया चलो गाइस असीं अद्ध कुआरी मंदिर पहुँच चुके हैं। अद्ध कुआरी मंदिर हुंदा वा कि भवन ते जांदा जदों अद्धा रस्ता हो जांदा तो अद्ध कुआरी मंदिर हुंदा है ते आपां कोल्ड ड्रिंक वगैरह लै लिया सैंडविचेस मेरे पापा ते फ्रेंड लै गया ते हुण आपां पहलां ओह खावांगे ते फिर आपां मत्था टेकांगे या पहलां मत्था टेक लांगे ते ओह हुण ओह दस्सणगे की करना वा ते मंकी हिल लैंदे आ एक व्यू वेखो गाइस अद्धे दर्शन ते मैं तुहाडे मेरी वीडियो जी करा दे आप बहुत उत्ते जाना वा उत्थे आ फिर उधर उस पहाड़ी ते जाना वा फिर उधर फिर जाके भवन आना वा ते ओ आ मंदिर ते इत्थे सीसीडी अहीं ओ बंद हो गया क्योंकि करोना करके चल नहीं रहे ते गाइस मैं पहली वारी वेख्या वा कि इन्ने घट रश मैं जदों आना इत्थे बहुत ज़्यादा रश हुंदा पर अज बहुत ज़्यादा घट रश आ ते अजे टाइम भी होया वा 8:30 होए आ ते 9:30 तक पहला अद्धा घंटा इत्थे रुकांगे 9:30 तक कोशिश करा कि भवन पहुँच गए मत्था वगैरह टेक के शाम 7-8 बजे तक आप घर भी होना पूरा एक दिन कई जने जड़े तुर के करते हैं पूरा तो वह पहला इतने इनान भी करते चलो हूँ आप कुछ खाने पीने।
गाइज अजय मैं अर्ध कुंवारी मंदिर विच गया ते गाइज मंदिर विच एक छोटी जी गुफा है जिस विच वैष्णो माता ने 9 महीने गुजारे सी ते कहंदे आ गुफा विच ओ ही जाना जा सकदा भाई जिन्ना मर्जी हैल्थी हो जिन्ना मर्जी मोटा है ओ ही जा सकदा जिहदे मन च मैल नहीं हैगी ते बस ओ गुफा दा नाम है गर्भ जून गुफा ते ओ च तुसीं अगर एक वारी गए हो ते पिछे मुड़ के नहीं वेखना अगर तुसीं डर गए तुसीं नहीं लंघ पाओगे ते आए गाइज पूरी वीडियो जी आए पूरी हिस्टरी आ ते हुण माड़ा जिहा फोटो शूट करा लईए गाइज असं हूँ वैन में बह चुके हैं तो हम आप भवन वाल जा रहे हैं तो इतने आप 40-45 मिनट्स वेट की वेल जाके आई हाँ क्योंकि वैन चार्जिंग हो रही थी क्योंकि इलैक्ट्रिक वैन से आई वेख सकते हो मैं तुम्हें बहरों खा लिना ते गाइस हूँ मैं भवन पहुँच गया वहाँ 20 मिनट वैन में होने तो बाद ट्रैवल करने तो बाद हूँ मैं भवन पहुँच गया भवन विखा दिना और को सामने भवन आ कि वधिया लगता यार भवन भी तो आप जा रहे हैं पहला समान लॉकर विच रखांगे तो मत्था टेकांगे तो कंप्यूटर पैड दे केबल लाइनस इतों दी आपां ओ तो इत्थे आना ठीक है तो इत्थे हैलीकॉप्टर पैड है